ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪੰਜਾਬ ਤੇ ਅੰਮ੍ਰਿਤਸਰ 'ਚ ਅੱਤਵਾਦੀ ਹਮਲਾ। ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀ ਮਿਸ਼ਨ ਨੂੰ ਕਿਉਂ ਬਣਾਇਆ ਗਿਆ ਨਿਸ਼ਾਨਾ? ਅੱਤਵਾਦੀਆਂ ਨੇ ਨਿਰੰਕਾਰੀ ਮਿਸ਼ਨ ਹੀ ਹਮਲਾ ਕਰਨ ਵਾਸਤੇ ਕਿਉਂ ਚੁਣਿਆ? ਦੁਨੀਆ ਚਾਹੇ ਕੁਝ ਵੀ ਕਹੇ, ਮੀਡੀਆ ਚਾਹੇ ਕੁਝ ਵੀ ਪੁੱਛੇ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਹਮਲੇ ਨੂੰ ਕਿਸ ਨਜ਼ਰ ਨਾਲ ਦੇਖਦੇ ਨੇ? ਆਖਿਰਕਾਰ ਇੱਕ ਪੱਤਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ 'ਤੇ ਪੁੱਛ ਲਿਆ ਕਿ ਨਿਰੰਕਾਰੀਆਂ 'ਤੇ ਹੀ ਹਮਲਾ ਕਿਉਂ ਹੋਇਆ, ਤਾਂ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਕਹਿਣਾ ਸੀ, ਆਓ ਤੁਹਾਨੂੰ ਸੁਣਾਉਂਦੇ ਹਾਂ। 13 ਅਪ੍ਰੈਲ 1978 ਨੂੰ ਟੈਰੋਰਿਜ਼ਮ ਦੀ ਸ਼ੁਰੂਆਤ ਹੋਈ ਸੀ। ਇਹ ਮੇਰੀ ਇੱਕ ਬੇਨਤੀ ਸੁਣ ਲਓ ਤੁਸੀਂ। ਹਾਂਜੀ, ਮੇਰੀ ਬੇਨਤੀ ਇਹ ਹੈ ਕਿ ਜਿਹੜੇ ਹੁਣ ਪ੍ਰੀਕੋਸ਼ਨ ਲਏ ਜਾਣਗੇ ਸਿਕਿਉਰਿਟੀ ਦੇ, ਔਨ ਦਾ ਬੇਸਿਸ ਆਫ ਦਾ ਦੈਟ ਪੈਟਰਨ, ਔਰ ਯੂ ਆਰ ਗਿਵਿੰਗ ਟੂ ਅਡੋਪਟ ਅਨਦਰ ਪੈਟਰਨ ਫਾਰ ਦਾ ਸਿਕਿਉਰਿਟੀ। The police force is out in full force. There is no nothing for us to be concerned about that. Don't link this with 1978 and Narankari issue. This is a clear case of terrorism. Sir, like that, why the Narankaris are targeted? This is not a religious matter. It happened that it was a congregation. ਉਥੋਂ ਦੇ ਚੌਂਕੀ ਦੇ ਇੰਚਾਰਜ ਨੂੰ ਪਤਾ ਹੀ ਕੋਈ ਨਹੀਂ ਕਿ ਇੱਥੇ ਕਿਹੜੇ ਬੰਦੇ ਦੋ ਖੜੇ ਕਰਨੇ ਆ, ਕੋਈ ਸਿਕਿਉਰਿਟੀ ਅਰੇਂਜਮੈਂਟ ਨਹੀਂ। ਵੇਅਰ ਦਾ ਥਿੰਗਸ ਆਰ ਸਟੈਂਡ ਆਲਰੇਡੀ ਅਲਰਟ ਇਨ ਦਾ ਪੰਜਾਬ। ਆਪਣੇ ਸੀਸੀਟੀਵੀ ਕੈਮਰਾ